ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਤੇ ਅੱਜ ਬਈ ਆਪਣਾ ਫੋਰਡ 3630 ਦਾ ਜਿਹੜਾ ਹੋ ਗਿਆ ਕੰਮ ਟਾਇਰ ਇਹਦਾ ਲੱਗ ਗਿਆ ਫਰੰਟ ਫਾਦਰ ਸਾਹਿਬ ਮੂਹ ਨੇਰੇ ਮਾਰੀਆਂ ਦੇ ਸੀ ਤਵੀਆਂ ਤੇ ਉਹਨਾਂ ਦਾ ਮੈਨੂੰ ਫੋਨ ਆਇਆ ਵੀ ਕਹਿੰਦੇ ਵੀ ਲੈ ਵੀ ਸਪਿੰਡਲ ਟੁੱਟ ਗਿਆ ਮੈਂ ਕਿਹਾ ਵੀ ਸਪਿੰਡਲ ਨਹੀਂ ਟੁੱਟਦਾ ਇਹ ਹੌਲੈਂਡ ਦਾ ਤੇ ਫੇਰ ਮੈਂ ਝੁੰਝੂ ਮਾਰ ਰਿਹਾ ਸੀ ਦੂਜੇ ਖੇਤ ਤੇ ਕਹਿੰਦੇ ਵੀ ਆ ਜਾ ਟਰੈਕਟਰ ਲੈ ਕੇ ਉਹ ਫਿਰ ਮੈਂ ਦੂਜੀ ਗੱਡੀ ਲੈ ਕੇ ਪਹੁੰਚਿਆ ਤੇ ਵੇਖਿਆ ਵੀ ਸਪਿੰਡਲ ਨਹੀਂ ਟੁੱਟਿਆ ਇਹਦਾ ਜਿਹੜਾ ਨਟ ਹੈ ਸਪਿੰਡਲ ਦਾ ਉਹ ਖੁੱਲ ਗਿਆ ਜਿੰਨਾ ਯਾਰਾਂ ਦੋਸਤਾਂ ਕੋਲੇ ਹੈਗਾ ਉਹਨਾਂ ਨੂੰ ਪਤਾ ਵੀ ਇਹਦੇ ਕੀ ਚੱਕਰ ਪੈਂਦਾ ਇਹਦੇ ਬਈ ਜੀ ਸਪਿੰਡਲ ਦਾ ਜਿਹੜਾ ਨਟ ਹੁੰਦਾ ਨਾ ਉਹਦੇ ਅੱਗੇ ਪਿੰਨ ਨਹੀਂ ਪੈਂਦੀ ਸਰਾਗ ਨਹੀਂ ਹੁੰਦਾ ਇਹਦੇ ਛਰੀ ਬਣੀ ਹੁੰਦੀ ਹੈ ਤੇ ਨਟ ਦੇ ਉੱਪਰ ਪੱਤੀ ਬਣੀ ਹੁੰਦੀ ਹੈ ਜਿੰਨਾ ਕਰਨਾ ਟਾਈਟ ਕਰਨਾ ਉੱਥੇ ਸ਼ੈਣੀ ਦੇ ਨਾਲ ਉਹਨੂੰ ਮਤਲਬ ਲੋਕ ਕੀਤਾ ਜਾਂਦਾ ਪਰ ਜਿਵੇਂ ਜਿਵੇਂ ਉਹ ਚੀਜ਼ ਪੁਰਾਣੀ ਹੁੰਦੀ ਹੈ ਮੁੜ ਕੇ ਉਹ ਵੀਕ ਹੋ ਜਾਂਦੀ ਹੈ ਉਹ ਨਟ ਜਿਹੜਾ ਲੋਕ ਨਹੀਂ ਰਹਿੰਦਾ ਉੱਥੇ ਤਾਂ ਉਹਦਾ ਹੱਲ ਇਹ ਹੁੰਦਾ ਬਈ ਜੀ ਸਰਾਖ ਮਾਰ ਕੇ ਤੇ ਪਿੰਨ ਪੈਂਦੀ ਕੀਤੀ ਜਾਵੇ ਪਰ ਇਹਦੇ ਸਾਡੇ ਇਸ ਟਰੈਕਟਰ ਦੇ ਵਿੱਚ ਵੀ ਇੰਨੀ ਕੁ ਜਗ੍ਹਾ ਨਹੀਂ ਬਚਦੀ ਬਾਹਰ ਵੀ ਥਰੂ ਆਊਟ ਸਰਾਖ ਵੱਜੇ ਯਾਰ ਪਰ ਇਸ ਸਟੇਅਰ ਦੇ ਪਹਿਲਾਂ ਇਹ ਕੰਮ ਕੀਤਾ ਹੋਇਆ ਹੈ ਸਪਿੰਡਲ 'ਚ ਅੱਧਾ ਸਰਾਖ ਵੱਜਦਾ ਤੇ ਪਿੰਨ ਦੀ ਪਾਈ ਹੋਈ ਉੱਪਰੋਂ ਤੇ ਇਹ ਪ੍ਰੋਜੈਕਟ ਬਈ ਹੁਣ ਦੂਜੇ ਪਾਸੇ ਵੀ ਕਰਨਾ ਪੈਣਾ ਸੋ ਬਈ ਜਿੰਨਾਂ ਕੋਲ ਇਹ ਮਾਡਲ ਹੈਗਾ ਜੀ ਨਵੇਂ ਮਾਡਲ ਬਾਰੇ ਤਾਂ ਨਹੀਂ ਆਪ ਨੂੰ ਪਤਾ ਜਿੰਨਾਂ ਕੋਲੇ ਮਾਡਲ ਹੈਗਾ ਉਹ ਕੀ ਕਰਨ ਵੀ ਆਪਦਾ ਨਾਟ ਜਿੰਨਾ ਕ ਟਾਈਟ ਹੁੰਦਾ ਸਪਿੰਡਲ ਵਾਲਾ ਕਰਕੇ ਉਸ ਤੋਂ ਬਾਅਦ ਉਹਦੇ ਵਿੱਚ ਅੱਧਾ ਸਰਾਖ ਵਾਜ ਜਾਂਦਾ ਜੇ ਸਾਰਾ ਵਾਜੇ ਤਾਂ ਬੈਟਰ ਹੈ ਤੇ ਉਹ ਚ ਪਾ ਦਿਓ ਬਈ ਪਿੰਨ ਫੇਰ ਨਹੀਂ ਬਈ ਆਪਣਾ ਜਿਹੜਾ ਉਹ ਸਪਿੰਡਲ ਦਾ ਨਾਟ ਖੁੱਲਦਾ ਤੇ ਪ੍ਰੋਬਲਮ ਆਉਂਦੀ